ਤੁਸੀਂ ਦੇਖਦੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਕਿਸਾਨੀ ਅੰਦੋਲਨ ਨੂੰ ਹੋਰ ਕਾਮਯਾਬ ਤੇ ਮਜ਼ਬੂਤ ਬਣਾਉਣ ਦੇ ਲਈ ਦੀਪ ਸਿੱਧੂ ਹੁਣ ਪਿੰਡ ਪਿੰਡ ਜਾ ਕੇ ਹੋਕਾ ਦੇ ਰਹੇ ਹਨ ਇਸੇ ਅਧੀਨ ਉਹਨਾਂ ਸਮਰਾਲਾ ਦੇ ਨੇੜੇ ਜੋਧਵਾਲ ਪਿੰਡ ਜਾ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਵਾਲੀਆਂ ਸਾਜ਼ਿਸ਼ਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਹੁੰਗਾਰ ਭਰੀਏ ਦੀਪ ਸਿੱਧੂ ਨੇ ਕਿਹਾ ਕਿ ਜੇ ਇਸ ਲੜਾਈ ਵਿੱਚ ਨਿਰਾਸ਼ਾ ਹੱਥ ਲੱਗੀ ਤਾਂ ਲੰਬੇ ਸਮੇਂ ਤੱਕ ਮੁੜ ਉੱਠ ਨਹੀਂ ਹੋਣਾ ਸਮਰਾਲਾ ਤੋਂ ਲਖਵਿੰਦਰ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਜੀ ਅੰਦੋਲਨ ਤਾਂ ਸਾਡਾ ਹੁਣ ਅਸੀਂ ਪਿਛਲੇ 7-8 ਮਹੀਨਿਆਂ ਤੋਂ ਨਿਰੰਤਰ ਲਗਾਤਾਰ ਕਰ ਰਹੇ ਹਾਂ ਹੈ ਨਾ ਕਿਸਾਨ ਅੰਦੋਲਨ ਤਾਂ ਆਪਦੇ ਹੱਕਾਂ ਵਾਸਤੇ ਜਾਂ ਤੁਸੀਂ ਇਹ ਕਹਿ ਲਓ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਕਿਉਂਕਿ ਉਹ ਲੋਕਾਂ ਦੇ ਹਿੱਤ 'ਚ ਨਹੀਂ ਆ ਕਿਸਾਨਾਂ ਦੇ ਹਿੱਤ 'ਚ ਨਹੀਂ ਆ ਮਜ਼ਦੂਰਾਂ ਦੇ ਹਿੱਤ 'ਚ ਨਹੀਂ ਆ ਸੋ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਆਰੰਭ ਕੀਤਾ ਪੰਜਾਬ ਵਾਸਤੇ ਇੱਕ ਸੱਭਿਆਚਾਰਕ ਮਸਲਾ ਵੀ ਆ ਜਿਹੜਾ ਕਿਸਾਨ ਅੰਦੋਲਨ ਆ ਉਹ ਸੱਭਿਆਚਾਰ ਨੂੰ ਵੀ ਬਚਾਉਣ ਦਾ ਜਿਹੜਾ ਇੱਕ ਪੂੰਜੀਵਾਦ ਆ ਕੈਪੀਟਲਿਸਟਿਕ ਸੁਸਾਇਟੀ ਆ ਉਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕੀਤੀ ਆ ਸੋ ਕਿਸਾਨ ਅੰਦੋਲਨ ਦਾ ਜਿਹੜਾ ਦਾਇਰਾ ਉਹ ਵੀ ਬਹੁਤ ਵੱਡਾ ਉਹਦਾ ਦ੍ਰਿਸ਼ਟੀਕੋਣ ਵੀ ਬਹੁਤ ਵੱਡਾ ਸੋ ਇਸ ਕਰਕੇ ਜੇ ਆਪਾਂ ਕਿਸਾਨ ਅੰਦੋਲਨ ਨੂੰ ਕਿਵੇਂ ਦੇਖਣ ਦੀ ਗੱਲ ਕਰਦੇ ਹਾਂ ਹੋ ਸਕਦਾ ਸਰਕਾਰ ਇਸ ਢੰਗ ਨਾਲ ਨਾ ਸਮਝਦੀ ਹੋਵੇ ਜਿਵੇਂ ਲੋਕਾਂ ਨੇ ਇਸ ਪੂਰੀ ਗੱਲ ਨੂੰ ਸਮਝਿਆ ਸੋ ਇੱਥੇ ਹੀ ਕੌਨਫਲਿਕਟ ਅਰਾਈਜ਼ ਹੋਇਆ ਜੀ ਮੈਂ ਇਹੀ ਆਸ ਕਰਦਾ ਵੀ ਸਰਕਾਰ ਵੀ ਇਹਨਾਂ ਗੱਲਾਂ ਨੂੰ ਸਮਝੇ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਹੱਕ ਦੇਵੇ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ ਸਿੱਧੂ ਸਾਹਿਬ ਜਿਵੇਂ ਕਿ ਤੁਹਾਡੇ ਤੇ ਇਲੈਕਸ਼ਨ ਉਹਨਾਂ ਦਾ ਐਲੀਗੇਸ਼ਨ ਲਾਏ ਵੀ ਇਹ ਏਜੰਸੀਆਂ ਦੇ ਬੰਦੇ ਨੇ ਹਾਂਜੀ ਅਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਲੋਕਾਂ ਨੂੰ ਤੁਹਾਡੇ ਤੇ ਐਲੀਗੇਸ਼ਨ ਨਹੀਂ ਬਾਈ ਜੀ ਇਹ ਗੱਲ ਪਤਾ ਕੀ ਹੁੰਦੀ ਹੈ ਜਦੋਂ ਇਹ ਸਾਡੇ 'ਚ ਕਈ ਵਾਰੀ ਗੱਲ ਸਾਨੂੰ ਸਿੱਖਣੀ ਪਊਗੀ ਇੱਕ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਹੈ ਹਰ ਜਗ੍ਹਾ 'ਤੇ ਜੇ ਉਹ ਵਿਚਾਰਧਾਰਾ ਲੀਡਰਸ਼ਿਪ ਦੀ ਹੋਵੇ ਮੰਨ ਲਓ ਅੱਜ ਕਿਸਾਨ ਲੀਡਰਸ਼ਿਪ ਆ ਜੋ ਕਿ ਸਾਡੇ ਸਤਿਕਾਰਯੋਗ ਆ ਹੈ ਨਾ ਪਰ ਉਹਨਾਂ ਦੀ ਇੱਕ ਜੇ ਵਿਚਾਰਧਾਰਾ ਹੋਵੇ ਜੇ ਤੁਸੀਂ ਉਹਦੇ ਨਾਲ ਸਹਿਮਤ ਹੋ ਤਾਂ ਫਿਰ ਤਾਂ ਸਭ ਠੀਕ ਆ ਜੇ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੋ ਕੋਈ ਥੋੜ੍ਹੀ ਜਿਹੀ ਵੱਖਰੀ ਗੱਲ ਕਰਦੇ ਹੋ ਤਾਂ ਉਹਨਾਂ ਨੇ ਉਦੋਂ ਹੀ ਕਹਿ ਦੇਣਾ ਵੀ ਇਹ ਬੰਦਾ ਸਰਕਾਰ ਦਾ ਇਹ ਬੰਦਾ ਏਜੰਸੀਆਂ ਦਾ ਉਹਦਾ ਆਧਾਰ ਕੁਛ ਨਹੀਂ ਹੁੰਦਾ ਫਿਰ ਜਿਹੜੀਆਂ ਮੈਂ ਗੱਲਾਂ ਕਰਦਾ ਉਹ ਜਾਂ ਤਾਂ ਏਜੰਸੀਆਂ ਜਾਂ ਸਰਕਾਰ ਦੇ ਕਿਤੇ ਫਿੱਟ ਬਹਿੰਦੀਆਂ ਹੋਣ ਜਾਂ ਉਹਦਾ ਕੋਈ ਆਧਾਰ ਹੋਵੇ ਉਹਦਾ ਆਧਾਰ ਕੁਛ ਨਹੀਂ ਆ ਬਸ ਉਹ ਗੱਲ ਹੀ ਕਹਿ ਦੇਣੀ ਆ ਸੋ ਇਹ ਸਾਨੂੰ ਸਿੱਖਣਾ ਪਊਗਾ ਵੀ ਜੇ ਅਸੀਂ ਸਵਾਲ ਪੁੱਛਦੇ ਹਾਂ ਜਾਂ ਕਿਤੇ ਮਾੜਾ ਮੋਟਾ ਕ੍ਰਿਟੀਸਾਈਜ਼ ਵੀ ਕਰਦੇ ਹਾਂ ਉਹਦਾ ਮਤਲਬ ਆਪੋਜੀਸ਼ਨ ਨਹੀਂ ਹੁੰਦਾ ਉਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਪ੍ਰੋ ਸਟੇਟ ਆ ਜਾਂ ਸਰਕਾਰ ਦੇ ਬੰਦੇ ਹਾਂ ਸਾਡੀ ਵਿਚਾਰਕ ਵਖਰੇਵੇਂ ਹੋ ਸਕਦੇ ਆ ਉਹਨਾਂ ਵਿਚਾਰਕ ਵਖਰੇਵਿਆਂ ਨੂੰ ਸਮਝਦੇ ਹੋਏ ਵੀ ਇਕੱਠੇ ਬਹਿਣਾ ਹੀ ਮੈਚਿਓਰਿਟੀ ਹੁੰਦੀ ਹੈ ਸਿੱਧੂ ਸਾਹਿਬ ਜਿਹੜੇ ਤੁਸੀਂ ਅੱਜ ਪਿੰਡਾਂ ਵਿੱਚ ਦੌਰੇ ਕਰਨੇ ਸ਼ੁਰੂ ਕਰੇ ਹਾਂਜੀ ਕੀ ਲੱਗਦਾ ਕਿ ਇਲੈਕਸ਼ਨ ਨੂੰ ਦੇਖ ਕੇ ਤੁਸੀਂ ਇਲੈਕਸ਼ਨ ਲੜੋਗੇ ਨਹੀਂ ਜੀ ਮੈਂ ਇਲੈਕਸ਼ਨ ਨਹੀਂ ਲੜ ਰਿਹਾ ਇਲੈਕਸ਼ਨ ਵਾਸਤੇ ਨਹੀਂ ਇੱਥੇ ਪੰਜਾਬ ਦੀ ਇੱਕ ਜਿਹੜੀ ਆਪਦਾ ਹੋਂਦ ਦਾ ਮਸਲਾ ਬਣਿਆ ਹੋਇਆ ਇਹ ਜਿਹੜੀ ਕਿਸਾਨੀ ਸੰਘਰਸ਼ ਸਾਡੇ ਲਈ ਇਹਦੇ 'ਚ ਜਿੱਤ ਕੇ ਆਉਣਾ ਬੜਾ ਜ਼ਰੂਰੀ ਆ ਕਿਉਂਕਿ ਉਹ ਜਿੱਤ ਨੇ ਪੰਜਾਬ ਨੂੰ ਇੱਕ ਨਵੀਂ ਸੇਧ ਦੇਣੀ ਆ ਇੱਕ ਨਵਾਂ ਪੰਜਾਬ ਸਿਰਜਣਾ ਅਤੇ ਜੇ ਕਿਤੇ ਰੱਬ ਨਾ ਕਰੇ ਨਿਰਾਸ਼ਾ ਆ ਗਈ ਤਾਂ ਬੜੇ ਲੰਬੇ ਸਮੇਂ ਤੱਕ ਲੋਕਾਂ ਨੇ ਉੱਠਣਾ ਨਹੀਂ ਮੁੜ ਕੇ ਨੌਜਵਾਨ ਜੋ ਵੀ ਤੁਹਾਨੂੰ ਆਈਡੀਅਲਸ ਹੁੰਦੇ ਨੇ ਜੇ ਲੱਗਦਾ ਤੁਹਾਨੂੰ ਇਲੈਕਸ਼ਨ ਲੜਨਾ ਪਿਆ ਤਾਂ ਤੁਸੀਂ ਲੜੋਗੇ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਅਸੀਂ ਹਮੇਸ਼ਾ ਇਹਨਾਂ ਗੱਲਾਂ 'ਚ ਖਤਾ ਖਾ ਜਾਂਦੇ ਹਾਂ ਪਹਿਲਾਂ ਸਾਨੂੰ ਆਏ ਹਾਂ ਆਹ ਵੀ ਰਾਜਨੀਤੀ ਹੋ ਰਹੀ ਆ ਉਹ ਇਸ ਵਾਰੀ ਇਲੈਕਸ਼ਨ ਲੜਨ ਦਾ ਬਹੁਤ ਕੱਚੀ ਕਣਕ ਵੱਢਣ ਵਾਲੀ ਗੱਲ ਹੋਊਗੀ ਉਹ ਕਿਉਂਕਿ ਜਿਹੜਾ ਬੰਦਾ ਮਾੜਾ ਜਿਹਾ ਉੱਠਦਾ ਉਹਨੂੰ ਆਏ ਉਹਨੂੰ ਕਰ ਦਿੰਦੇ ਆ ਜਾਂ ਤਾਂ ਲੋਕ ਜਾਂ ਉਹਨੂੰ ਆਪ ਵੀ ਹੁੰਦਾ ਵੀ ਪਹਿਲਾਂ ਪਾਵਰ ਲੈ ਲਓ ਕਿਵੇਂ ਨਾ ਕਿਵੇਂ ਪਾਵਰ ਲੈ ਲਓ ਔਰ ਪਾਵਰ ਲੈ ਕੇ ਉਹਨੇ ਵੀ ਉਹੋ ਜਿਹਾ ਹੀ ਹੋ ਜਾਣਾ ਹੁੰਦਾ ਕਿਉਂਕਿ ਇੱਕ ਡੈਮੋਕਰੇਟਿਕ ਸ਼ਿਫਟ ਜਾਂ ਇੱਕ ਡੈਮੋਕਰੇਟਿਕ ਚੇਂਜ ਨਹੀਂ ਆਉਂਦੀ ਜਦੋਂ ਤੱਕ ਲੋਕਾਂ 'ਚ ਉਹ ਗੱਲ ਸਮਝ ਨਾ ਆਵੇ ਨਾ ਦੇਖੋ ਪਾਵਰ ਕ੍ਰੀਏਸ਼ਨ ਆ ਜਿਹੜੀ ਉਹ ਸਰਕਾਰ ਕਰਦੀ ਆ ਪਰ ਲੋਕ ਇਸ਼ੂਜ਼ ਸੈੱਟ ਕਰਦੇ ਆ ਅਸਲ ਮੁੱਦਿਆਂ 'ਤੇ ਲੋਕ ਲਿਆਉਂਦੇ ਆ ਪੋਲੀਟੀਸ਼ੀਅਨਸ ਨੂੰ ਸੋ ਬੜਾ ਇੱਕ ਫਾਈਨ ਸੁਮੇਲ ਆ ਜਿਹੜਾ ਸਾਨੂੰ ਉਹ ਬੈਲੈਂਸ ਬਣਾ ਕੇ ਚੱਲਣਾ ਪਊਗਾ ਪਹਿਲਾਂ ਲੋਕਾਂ 'ਚ ਇੱਕ ਜਾਗਰੂਕਤਾ ਲਿਆ ਕੇ ਫਿਰ ਤੁਹਾਨੂੰ ਦਿਖੂਗਾ ਜਿਹੜੇ ਲੀਡਰ ਵੀ ਪੈਦਾ ਹੋਣਗੇ ਉਹ ਫਿਰ ਕੰਮ ਕਰਨਗੇ ਪੰਜਾਬ ਵਾਸਤੇ ਜੇ ਅਸੀਂ ਆਈਂ ਕੱਚੇ ਪੈਰੀ ਲੀਡਰ ਪੈਦਾ ਕਰਨ ਲੱਗ ਗਏ ਫਿਰ ਜਿਹੜੇ ਪੁਰਾਣੇ ਲੀਡਰ ਸੀ ਅਤੇ ਨਵੇਂ ਜਿਹੜੇ ਹੋਣਗੇ ਉਹਨਾਂ 'ਚ ਬਾਹਲਾ ਕੋਈ ਫਰਕ ਨਹੀਂ ਹੋਣਾ ਪੰਜਾਬ ਦੀ ਸੱਤਾ 'ਚ ਨਵੀਂ ਪਾਰਟੀ ਦੇਖਣ ਨੂੰ ਮਿਲ ਸਕਦੀ ਹੈ ਬਿਲਕੁਲ ਮਿਲ ਸਕਦੀ ਹੈ ਜੀ ਬਿਲਕੁਲ ਮਿਲ ਸਕਦੀ ਆ ਇਕੱਲੀ ਕਿਸਾਨ ਯੂਨੀਅਨ ਨਹੀਂ ਸਾਡੀ ਸੰਗਤ ਹੀ ਮੈਨੂੰ ਲੱਗਦਾ ਇਸ ਵੇਲੇ ਇਹ ਧਾਰੀ ਬੈਠੀ ਆ ਵੀ ਕੋਈ ਨਵੀਂ ਗੱਲ ਕਰੋ ਅਤੇ ਨਵੇਂ ਕੋਈ ਚੰਗੇ ਬੰਦੇ ਜਿਹੜੇ ਲੋਕਾਂ ਦੇ ਵਿੱਚੋਂ ਉੱਠਣ ਲੋਕਾਂ ਦੀ ਗੱਲ ਕਰਨ ਅਤੇ ਇਹਨਾਂ ਦੇ ਭਲੇ ਦੀ ਖਾਤਰ ਸਿਆਸਤ ਕਰਨ ਉਹੋ ਜਿਹੇ ਬੰਦੇ ਚਾਹੀਦੇ ਆ ਜੀ ਪੰਜਾਬ ਨੂੰ ਦਿੰਦੇ ਨੇ ਤਾਂ ਐਮਐਲਏ ਦੀ ਸੀਟ 'ਤੇ ਲੜੋਂਗੇ ਨਹੀਂ ਜੀ ਨਹੀਂ ਲੜਾਂਗੇ ਜੀ ਕਿਉਂਕਿ ਹਜੇ ਮੇਰੇ ਖਾਤਰ ਜਿਹੜਾ ਮੇਰਾ ਕੰਮ ਕਰਨ ਵਾਲਾ ਉਹ ਬੜਾ ਕੁਛ ਪਿਆ ਸੋ ਐਮਐਲਏ ਦੀ ਇੱਕ ਸੀਟ 'ਤੇ ਲੜਨਾ ਮੈਂ ਆਪਣੇ ਆਪ ਨੂੰ ਰਿਸਟ੍ਰਿਕਟ ਕਰ ਲੂੰਗਾ ਲਿਮਿਟਿਡ ਕਰ ਲੂੰਗਾ ਇਹ ਜ਼ਰੂਰ ਆ ਵੀ ਲੜਾਵਾਂਗੇ ਜ਼ਰੂਰ
ਉਹਨਾਂ ਚੰਗਾ ਬੰਦ ਚੰਗੇ ਬੰਦਿਆਂ ਦੀ ਜਾ ਕੇ ਮਦਦ ਜ਼ਰੂਰ ਕਰਾਂਗੇ ਜਿਹੜੇ ਬੰਦੇ ਡਿਜ਼ਰਵ ਕਰਦੇ ਆ ਵੀ ਉਹ ਵਿਧਾਨ ਸਭਾ 'ਚ ਬੈਠੇ ਹੋਣ ਜਾਂ ਪਾਰਲੀਮੈਂਟ 'ਚ ਬੈਠੇ ਹੋਣ, ਉੱਥੇ ਜਾ ਕੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਕਰਨ। ਦੀਪ ਸਿੱਧੂ ਅਤੇ ਲੱਖਾ ਸਦਾਣਾ, ਹਾਂਜੀ, ਅਤੇ ਬੱਬੂ ਮਾਨ, ਤਿੰਨਾਂ ਨੂੰ ਨਹੀਂ ਜੀ, ਦੇਖੋ ਤਿੰਨੇ ਆਪਦੀ ਆਪਦੀ ਜਗ੍ਹਾ ਕੰਮ ਕਰ ਰਹੇ ਆ, ਤਿੰਨੇ ਆਪਦੀ ਆਪਦੀ ਜਗ੍ਹਾ ਕੰਟਰੀਬਿਊਟ ਕਰ ਰਹੇ ਆ ਜਿੰਨਾ ਕੁ ਕਰ ਸਕਦੇ ਆ, ਹੈ ਨਾ। ਸੋ ਲੱਖੇ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ, ਬੜੀ ਵੱਡੀ ਆਪਾਂ ਕਹਿ ਲਈਏ। ਦੇਖੋ ਕੋਈ ਉਹਦਾ ਪਾਸਟ ਹੁੰਦਾ ਸੀ, ਉਸ ਪਾਸਟ ਨੂੰ ਫੜ ਕੇ ਜੇ ਆਪਾਂ ਬੰਦਿਆਂ ਨੂੰ ਹੁਣ ਤੱਕ ਐਂ ਜੱਜ ਕਰਦੇ ਜਾਈਏ ਵੀ ਨਹੀਂ ਯਾਰ ਇਹ ਤਾਂ ਕਿਸੇ ਟਾਈਮ ਕਿਸੇ ਹੋਰ ਸਰਗਰਮੀ 'ਚ ਰਿਹਾ, ਹੈ ਨਾ। ਬੰਦੇ ਬਦਲ ਜਾਂਦੇ ਹੁੰਦੇ ਆ, ਬਦਲ ਕੇ ਬੰਦੇ ਬੜੀ ਕਿਉਂਕਿ ਇਹ ਤਾਂ ਅਸੀਂ ਦੇਖਿਆ ਇਤਿਹਾਸ 'ਚ, ਸੱਜਣ ਠਾਗਰ ਕੇ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਮਿੰਟਾਂ 'ਚ ਬਦਲਤੇ। ਸੋ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਤੋਂ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਬਣ ਗਏ, ਹੈ ਨਾ। ਸੋ ਬੰਦੇ ਬਦਲ ਜਾਂਦੇ ਹੁੰਦੇ ਆ, ਉਹ ਲੱਖੇ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਔਰ ਜਿਹੜੇ ਰਾਹ 'ਤੇ ਤੁਰ ਰਿਹਾ ਉਹ ਲੋਕਾਂ ਦੇ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕਰਦਾ। ਫਿਰ ਬੱਬੂ ਮਾਨ ਵੀ ਆਪਾਂ ਦੇਖੀਏ ਤਾਂ ਹੋ ਸਕਦਾ ਸਾਡੇ 'ਚ ਸਿਧਾਂਤਕ ਅਤੇ ਵਿਚਾਰ ਧਾਰਕ ਵੱਖਰੇਵੇਂ ਹੋਣ, ਪਰ ਉਹਨਾਂ ਦੀ ਵੀ ਆਪਦੀ ਕੰਟਰੀਬਿਊਸ਼ਨ ਆ। ਉਹ ਵੀ ਸਮੇਂ ਸਮੇਂ ਤੋਂ ਕਿਸਾਨਾਂ ਦੇ ਨਾਲ ਖੜ੍ਹੇ ਆ, ਸਮੇਂ ਸਮੇਂ ਤੋਂ ਉਹਨਾਂ ਨੇ ਕਿਸਾਨਾਂ ਦੇ ਨਾਲ ਜਾ ਕੇ ਸਟੇਜ ਤੋਂ ਵੀ ਆਪਦੀ ਆਵਾਜ਼ ਬੁਲੰਦ ਕੀਤੀ, ਸਰਕਾਰਾਂ ਦੇ ਖਿਲਾਫ ਖੜ੍ਹੇ ਆ। ਸੋ ਸਿਧਾਂਤਕ ਵਖਰੇਵਾਂ ਮੇਰਾ ਜ਼ਰੂਰ ਆ, ਪਰ ਇੱਜ਼ਤ ਓਨੀ ਹੀ ਆ ਉਹਨਾਂ ਦੀ, ਅਤੇ ਪਰਸਨਲੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ।